ਰੋਪੜ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਨੂਰਪੁਰ ਬੇਦੀ ਵਿੱਚ ਬਾਬਾ ਜਿੰਦਾ ਜੀ ਸਥਾਨ ਤੇ ਵੀਰਵਾਰ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਸਥਾਨ ਤੇ ਇਲਾਕੇ ਭਰ ਦੀਆਂ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਹਨ। ਇਲਾਕੇ ਦੇ ਲੋਕਾਂ ਨੂੰ ਇਸ ਸਥਾਨ ਦੀ ਕਮੇਟੀ ਵੱਲੋਂ ਇੱਕ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਗੱਡੀ ਵੀ ਦਿੱਤੀ ਗਈ ਹੈ, ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਸਥਾਨ ਤੇ ਸਾਸੇ ਝੂਠ ਦਾ ਨਿਤਾਰਾ ਕੀਤਾ ਜਾਂਦਾ ਹੈ। ਇਸ ਸਥਾਨ ਦੇ ਅੰਦਰ ਪੁਲਿਸ ਥਾਣਾ ਵੀ ਬਣਿਆ ਹੋਇਆ ਹੈ, ਜਿੱਥੇ ਕੋਈ ਵੀ ਵਿਅਕਤੀ ਆ ਕੇ ਝੂਠ ਨਹੀਂ ਬੋਲ ਸਕਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ, ਇਸ ਵਕਤ ਅਸੀਂ ਸ਼ਹੀਦ ਜਿੰਦਾ ਦਿਲ ਜੀ ਦੇ ਸਥਾਨ 'ਤੇ ਨੂਰਪੁਰ ਬੇਦੀ ਆਏ ਹੋਏ ਹਾਂ, ਜਿੱਥੇ ਅੱਜ ਵੀਰਵਾਰ ਦਾ ਦਿਹਾੜਾ ਹੈ ਅਤੇ ਸੰਗਤ ਦਰਸ਼ਨਾਂ ਲਈ ਇੱਥੇ ਆ ਰਹੀ ਹੈ। ਇਹ ਉਹ ਸਥਾਨ ਹੈ ਜਿੱਥੇ ਸੱਚ ਝੂਠ ਦਾ ਨਿਤਾਰਾ ਹੁੰਦਾ ਹੈ। ਇਸ ਸਥਾਨ ਦੀ ਅਥਾਹ ਸੇਵਾ ਜਿਹੜੀ ਇਸ ਵੇਲੇ ਚੱਲ ਰਹੀ ਹੈ ਅਤੇ ਬਹੁਤ ਵਧੀਆ ਗੱਲ ਹੈ, ਜਿੱਥੇ ਅੱਜ ਇੱਥੋਂ ਦਾ ਜਿਹੜਾ ਜਨਤਾ ਦਾ ਪੈਸਾ ਜਿਹੜਾ ਹੈ ਕਮੇਟੀ ਵੱਲੋਂ ਇੱਕ ਚੰਗੇ ਕੰਮਾਂ 'ਤੇ ਲਗਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ, ਇਸ ਜਿਹੜੀ ਨੂਰਪੁਰ ਬੇਦੀ ਸੰਸਥਾ ਜਿਹੜੀ ਬਣਾਈ ਹੋਈ ਹੈ ਪੀਰ ਬਾਬਾ ਜਿੰਦਾ ਦਿਲ ਸ਼ਹੀਦ ਦੀ, ਉਹਨਾਂ ਵੱਲੋਂ ਇੱਕ ਲਿਆਂਦੀ ਗਈ ਹੈ, ਜਿਹੜੀ ਕਿ ਇਲਾਕੇ ਦੇ ਵਿੱਚ ਇਹਦੇ ਸਾਰੇ ਪਾਸੇ ਜੰਗਲ ਹੁੰਦੇ ਹਨ ਅਤੇ ਆਏ ਸਾਲ ਇੱਥੇ ਅੱਗ ਵੀ ਲੱਗਦੀ ਹੈ ਅਤੇ ਜਿਹਨਾਂ ਨੂੰ ਕਾਬੂ ਕਰਨ ਵਾਸਤੇ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਇਸ ਜਿਹੜੀ ਪੀਰ ਜਿੰਦਾ ਦਿਲ ਕਮੇਟੀ ਵੱਲੋਂ ਲਿਆ ਗਿਆ, ਇਹ ਵੀ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ ਇੱਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਅਤੇ ਵੀਰਵਾਰ ਨੂੰ ਅਥਾਹ ਜਿਹੜੀਆਂ ਸੰਗਤਾਂ ਜਿਹੜੀਆਂ ਚਾਹ ਪ੍ਰਸ਼ਾਦ ਅਤੇ ਪਕੌੜਿਆਂ ਦਾ ਲੰਗਰ ਵੀ ਛਕਦੀਆਂ ਹਨ ਅਤੇ ਅੱਜ ਅਸੀਂ ਸਾਰੇ ਨੂੰ ਦੇਖਣ ਵਾਲੇ ਆਰ ਟੀ ਵੀ ਵਾਲੇ ਦੇਖਣ ਵਾਲੇ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਤੇ ਬਾਬਾ ਸ਼ਹੀਦ ਜਿੰਦਾ ਦਿਲ ਪੀਰ 'ਤੇ ਆ ਕੇ ਨਮਸਤਕ ਹੁੰਦੇ ਹਾਂ। ਧੰਨਵਾਦ ਜੀ।